सत श्रीकाल जी, मैं ਤੁਹਾਡਾ ਆਪਣਾ ਧਰਮ ਜੀਡੀਪੀ ਤੋਂ ਤੁਸੀਂ ਦੇਖਦੇ ਪਏ ਜੀ। ਮੇਰੇ ਨਾਲ ਡੀਪੀਸੀ ਪੰਜਾਬੀ ਦੇ ਲਵਪ੍ਰੀਤ ਸਿੰਘ ਦੀ ਏਅਰਪੋਰਟ। ਵਿਸਾਖੀ ਦੇ ਮੱਦੇਨਜ਼ਰ ਸ਼ਹਿਰ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ SSP ਬਟਾਲਾ ਅਸ਼ਵਨੀ ਗੋਟਿਆਲ ਦੀ ਅਗਵਾਈ ਵਿੱਚ ਬਟਾਲਾ ਪੁਲਿਸ ਵੱਲੋਂ BSF ਦੇ ਜਵਾਨਾਂ ਨਾਲ ਬਟਾਲਾ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਸ਼ਹਿਰ ਦੇ ਗਾਂਧੀ ਚੌਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਮੁੜ ਗਾਂਧੀ ਚੌਂਕ ਵਿਖੇ ਸਮਾਪਤ ਹੋਇਆ। ਜਾਣਕਾਰੀ ਦਿੰਦਿਆਂ SSP ਬਟਾਲਾ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਵਿਸਾਖੀ ਦੇ ਮੱਦੇਨਜ਼ਰ ਸ਼ਹਿਰ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਬਟਾਲਾ ਪੁਲਿਸ ਅਤੇ BSF ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਸ ਫਲੈਗ ਮਾਰਚ ਦਾ ਮੁੱਖ ਮਕਸਦ ਲੋਕਾਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਨਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਫਵਾਹ 'ਤੇ ਯਕੀਨ ਨਾ ਕਰਨ। ਜੇਕਰ ਉਹਨਾਂ ਨੂੰ ਕੋਈ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਦਿਖਾਈ ਦਿੰਦੀ ਹੈ ਤਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਤੁਸੀਂ ਦੇਖਦੇ ਪਏ ਹੋ ਮੇਰੇ ਨਾਲ DPC ਪੰਜਾਬੀ ਅਤੇ ਚੈਨਲ 'ਤੇ ਬਣੇ ਰਹੋ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਅਤੇ ਦੇਖਦੇ ਰਹੋ ਸਾਡੇ ਨਾਲ ਇਹ ਖਬਰ ਲਵਪ੍ਰੀਤ ਸਿੰਘ ਪੱਤਰਕਾਰ ਨੇ ਜੋ ਭੇਜੀ ਹੈ ਬਟਾਲਾ ਤੋਂ। ਗੁੱਡ ਮਾਰਨਿੰਗ ਜੀ, ਅੱਜ ਆਪਣਾ ਪੰਜਾਬ ਪੁਲਿਸ ਔਰ BSF ਕੇ ਸਾਥ ਹਮਨੇ ਅੱਜ ਇੱਕ ਫਲੈਗ ਮਾਰਚ ਕੱਢਿਆ ਹੋਇਆ ਜ਼ਿਲ੍ਹਾ ਬਟਾਲਾ ਦੇ ਵਿੱਚ। ਜਿਵੇਂ ਸਾਰਿਆਂ ਨੂੰ ਆਲਰੇਡੀ ਪਤਾ ਹੈਗਾ ਕਿ ਕੱਲ੍ਹ ਵਿਸਾਖੀ ਫੈਸਟੀਵਲ ਆਪਾਂ ਸੈਲੀਬ੍ਰੇਟ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚ। ਉਹ ਸੈਲੀਬ੍ਰੇਸ਼ਨ ਨੂੰ ਧਿਆਨ ਮੇ ਰੱਖਦੇ ਹੋਏ, ਕਿਉਂਕਿ ਸਾਰੇ ਗੁਰਦੁਆਰੇ ਜੋ ਆਪਣੇ ਹੈਗੇ ਆ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਔਰ ਬਾਕੀ ਛੋਟੀ ਛੋਟੀ ਥਾਵਾਂ ਹੈਗੇ ਉੱਥੇ ਵੀ ਆਉਂਦੀ ਹੈ, ਤੋ ਉਹਨਾਂ ਦੇ ਰੱਖਿਆ ਵਾਸਤੇ ਉਹਨਾਂ ਔਰ ਲੋਕਾਂ ਨੂੰ ਇੱਕ ਕੌਨਫੀਡੈਂਸ ਦੇਣ ਵਾਸਤੇ ਆਪਣਾ ਜੋ ਲਾਅ ਐਂਡ ਆਰਡਰ ਹੈਗੇ ਜੀ ਇਹ ਪੂਰੇ ਅੰਡਰ ਕੰਟਰੋਲ ਹੈਗੇ ਆ। ਆਪਾਂ ਸਾਰੇ ਹੀ ਆਪਣੀ ਸੁਸਾਇਟੀ ਵਾਸਤੇ ਖੜ੍ਹੇ ਹਾਂ, ਤੋ ਉਸ ਦੇ ਵਾਸਤੇ ਆਪਾਂ ਅੱਜ ਇੱਕ ਫਲੈਗ ਮਾਰਚ ਕੱਢੇ ਹੋਏ ਜੀ। ਅੰਮ੍ਰਿਤਪਾਲ ਦਾ ਇਸ਼ੂ ਚੱਲ ਹੀ ਰਿਹਾ ਜੀ, ਜਿਵੇਂ ਤੁਸੀਂ ਜਾਣਦੇ ਹੈਗੇ ਉਹ ਇੱਕ ਪਾਰਟ ਹੈਗੇ, ਬਟ ਦੈਨ ਸਾਡਾ ਜੋ ਲਾਰਜਰ ਪਿਕਚਰ ਹੈਗੀ ਦੋ ਮੇਨ ਸਾਡਾ ਹੈਗਾ ਉਹ ਇਹ ਕਿ ਆਪਣੇ ਏਰੀਆ ਨੂੰ ਸਿਕਿਓਰ ਕਰਨ ਦਾ। ਤੋ ਤਾਂ ਇਹ ਲੋਕਾਂ ਨੂੰ ਬਸ ਇੱਕ ਅਹਿਸਾਸ ਦਿਲਾਉਣ ਦਾ ਕਿ ਸਾਡੀ ਇੰਨੀ ਫੋਰਸ ਇੱਥੇ ਲੱਗੀ ਹੋਈ ਹੈ ਤੁਹਾਡੇ ਵਾਸਤੇ, ਕੋਈ ਇਹ ਕਰਨ ਦੀ ਲੋੜ ਨਹੀਂ। ਫਲੈਗ ਮਾਰਚ ਆਪਾਂ ਇੱਥੇ ਇਹ ਤੋਂ ਵੱਖ ਵੱਖ ਸਬ ਡਿਵੀਜ਼ਨ 'ਚ ਹੋਣੀ ਹੈਗੀ ਜੀ। ਆਪਾਂ ਸ਼ੁਰੂ ਕੀਤੇ ਹਾਂ ਆਪਣੇ SSP ਦਫ਼ਤਰ ਤੋਂ, ਹੁਣ ਜਾਣੀ ਹੈਗੀ ਆਪਣੇ ਕੰਨ ਸਾਹਿਬ ਗੁਰਦੁਆਰਾ ਤੱਕ। ਦੂਜੇ ਜੋ ਹੈਗੇ ਆ ਫਤਿਹਗੜ੍ਹ ਚੂੜੀਆਂ 'ਚ ਵੱਖ ਹੋਣੀ ਹੈ, ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਵੱਖ ਹੋਣੀ ਹੈ ਔਰ ਡੇਰਾ ਬਾਬਾ ਨਾਨਕ ਦੇ ਵਿੱਚ ਉਹ DSP ਔਰ SP ਸਾਹਿਬ ਆਪਣੇ ਤੌਰ 'ਤੇ ਉਹ ਆਲਰੇਡੀ ਕਰ ਰਹੇ ਨੇ। ਮੈਡਮ ਪਤਾ ਲੱਗਾ ਸੀ ਕਿ ਅੰਮ੍ਰਿਤਪਾਲ ਜਿਹੜਾ ਬਟਾਲੇ ਤੋਂ ਹੋਟਲ ਸੀਗਾ ਉਹਦੇ CCTV ਫੁਟੇਜ ਤੁਹਾਡੇ ਪੁਲਿਸ ਅਫਸਰ ਲੈ ਕੇ ਸੀਗੇ? ਨਹੀਂ ਜੀ, ਇਹ ਆਪਕੋ ਪਤਾ ਚਲਾ ਕਿ ਮੁਝੇ ਤੱਕ ਅਭੀ ਤੱਕ ਆਇਆ ਨਹੀਂ ਹੈ ਇਹ ਬਾਤ। ਵੈਸੇ ਬਟਾਲੇ ਦੀ ਹੁਣ ਤੱਕ ਕੋਈ ਗੱਲ ਨਹੀਂ ਆਈ ਹੈ, ਅਗਰ ਇੱਦਾਂ ਦੀ ਕੋਈ ਹੁੰਦੀ ਹੈ ਤਾਂ ਆਫਕੋਰਸ ਡੈਫੀਨੇਟਲੀ ਉਹ ਸਾਡੇ ਨਾਲ ਸ਼ੇਅਰ ਕੀਤਾ ਜਾਊਗਾ, ਤੋ ਅੱਗੇ ਦੀ ਉਹ ਇਨਵੈਸਟੀਗੇਸ਼ਨ ਚੱਲੂਗੀ ਐਂਡ ਆਫਕੋਰਸ ਆਪਕੋ ਵੀ ਪਤਾ ਜਾਏਗਾ, ਆਪਕੇ ਬਤਾਏ ਬਿਨਾਂ ਤੋਂ ਚਲੇਗਾ ਨਹੀਂ ਕੋਈ ਕੰਮ, ਹੈ ਨਾ। ਇਟ ਵਿਲ ਬੀ ਬ੍ਰੌਟ ਯੂਅਰ ਨੌਲੇਜ। ਥੈਂਕ ਯੂ।